ਗੁਰੂ ਪਿਆਰਿਓ ਅਕਸਰ ਅਸੀਂ ਵੇਖਦੇ ਹਾਂ ਕੁਝ ਲੋਕ ਜਦੋਂ ਬਢਾਪਾ ਆ ਜਾਂਦਾ ਜਵਾਨੀ ਲੰਘ ਜਾਂਦੀ ਹੈ ਆਪਣੀ ਜ਼ਿੰਦਗੀ ਤੋਂ ਉਦਾਸ ਹੋ ਜਾਂਦੇ ਆ ਕਿਉਂਕਿ ਮੋਢਿਆਂ ਦਾ ਦਰਦ ਗੋਡਿਆਂ ਦਾ ਦਰਦ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਇਦਾਂ ਵਾਪਰਨ ਲੱਗਦੀਆਂ ਤੇ ਰੱਬ ਨੂੰ ਉਲਾਮੇ ਵੀ ਦਿੰਦੇ ਆ ਬਾਬਾ ਨਾਨਕ ਸਿੰਘ ਜੀ ਦਾ ਇੱਕ ਬਚਨ ਆ ਕਿ ਬਢੇਪੇ ਵਿੱਚ ਜੇਕਰ ਅਸੀਂ ਮੂਲ ਮੰਤਰ ਦਾ ਸਹਾਰਾ ਲੈ ਲੈਨੇ ਆ ਮਾਲਾ ਫੇਰਦੇ ਆ ਮਾਲਾ ਦੇ ਮਣਕੇ ਫੇਰਦੇ ਆ ਸਾਡਾ ਮਨ ਵੀ ਵਿਕਾਰਾਂ ਵੱਲੋਂ ਫਿਰਿਆ ਰਹਿੰਦਾ ਤੇ ਬਹੁਤ ਕਿਰਪਾ ਹੋ ਜਾਂਦੀ ਆ ਕਿਵੇਂ ਕਿਉਂਕਿ ਦੇਖੋ ਗੁਰੂ ਤੇਗ ਬਹਾਦਰ ਜੀ ਦੇ ਵੀ ਬਚਨ ਆ ਕਿ ਚਾਹੇ ਬਚਪਨ ਆ ਚਾਹੇ ਜਵਾਨੀ ਆ ਤੇ ਚਾਹੇ ਬੁਢਾਪਾ ਜਦੋਂ ਆਪਾਂ ਰੱਬ ਦਾ ਨਾਮ ਨਹੀਂ ਜਪਦੇ ਉਹ ਅਵਸਥਾ ਬੇਕਾਰ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ ਮਹਾਰਾਜ ਕਹਿੰਦੇ ਬਾਲ ਜਵਾਨੀ ਤੇ ਮਿਰ ਦੇ ਤਿੰਨ ਰੰਗ ਬੰਦੇ ਉੱਪਰ ਆਉਂਦੇ ਆਪਾਂ ਸਾਰੇ ਜਾਣਦੇ ਹੀ ਆ ਤਾਂ ਪਰ ਅਸਲ ਗੱਲ ਜਿਹੜੀ ਸਮਝਣ ਵਾਲੀ ਆ ਉਹ ਇਹ ਆ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਇਹ ਭਜਨ ਬੰਦਗੀ ਤੋਂ ਬਿਨਾ ਚਾਹੇ ਬਡਾਪਾ ਚਾਹੇ ਬਚਪਨਾ ਚਾਹੇ ਜਵਾਨੀ ਆ ਕੋਈ ਵੀ ਰੰਗ ਇਹ ਬੇਕਾਰ ਆ ਇਸ ਕਰਕੇ ਤੁਸੀਂ ਵੇਖਿਆ ਹੋਣਾ ਬਹੁਤੀ ਵਾਰ ਇਹ ਹੁੰਦਾ ਵਾ ਆਪਾਂ ਕਿਸੇ ਪਾਪੀ ਬੰਦੇ ਨੂੰ ਜਿੰਨਾ ਮਰਜ਼ੀ ਕਹੀ ਚੱਲੀਏ ਭਾਈ ਤੂੰ ਨਾਮ ਜਪਿਆ ਕਰ ਭਾਈ ਤੂੰ ਰੱਬ ਦਾ ਨਾਮ ਲਿਆ ਕਰ ਕਿੰਨਾ ਹੀ ਕਹੀ ਚੱਲੋ ਬਾਰ-ਬਾਰ ਵੀ ਤੂੰ ਸੰਗਤ ਕਰ ਉਹ ਕਹੂਗਾ ਵੀ ਮੇਰੇ ਕਰਮਾਂ 'ਚ ਹੈ ਨਹੀਂ ਮੇਰੇ ਕਰਮਾਂ 'ਚ ਹੈ ਨਹੀਂ ਜੇ ਹੁੰਦੀ ਤੇ ਮੈਨੂੰ ਆਪਣੇ ਆਪ ਮਹਾਰਾਜ ਲੈ ਜਾਂਦੇ ਭਾਵ ਕਹਿਣ ਦਾ ਇਹ ਆ ਵੀ ਉਹਦੀ ਉਸ ਬੰਨੇ ਕੋਈ ਮਨ ਦੀ ਪ੍ਰੇਰਣਾ ਹੀ ਨਹੀਂ ਹੁੰਦੀ ਉਹ ਬਾਰ-ਬਾਰ ਜਿਹੜੀ ਸੰਗਤ ਵਿੱਚ ਬੈਠਦਾ ਉਹ ਮਨਮੁੱਖਾਂ ਦੇ ਕੋਲ ਜਾ ਕੇ ਬੈਠਦਾ ਫਿਰ ਹੌਲੀ-ਹੌਲੀ ਜਿਹੜਾ ਰੰਗ ਆ ਉਹਨੂੰ ਚੜ ਜਾਂਦਾ ਹੈ ਮਨਮੁਖਤਾ ਦਾ ਮਨਮੁਖ ਬਣ ਜਾਂਦਾ ਹੈ ਇਸ ਕਰਕੇ ਨਾ ਇੱਕ ਛੋਟੀ ਜੀ ਗਾਥਾ ਹੈ ਮਹਾਪੁਰਖ ਸੁਣਾਉਂਦੇ ਹੁੰਦੇ ਸੀ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਕਹਿੰਦੇ ਇੱਕ ਵਾਰ ਕੋਈ ਰੱਬ ਦੇ ਪਿਆਰੇ ਮਹਾਪੁਰਖ ਕਸ਼ਤੀ ਵਿੱਚ ਬੈਠੇ ਸੀਗੇ ਤੇ ਨਾਲ ਉਹਨਾਂ ਦੇ ਹੋਰ ਬੜੇ ਲੋਕ ਬੈਠੇ ਸੀਗੇ ਦਰਿਆ ਪਾਰ ਕਰਨਾ ਸੀ ਮੰਝ ਧਾਰ ਦੇ ਵਿੱਚ ਜਾ ਕੇ ਜਦੋਂ ਵਿਚਾਲੇ ਜੇ ਚਲੇ ਗਏ ਨਾ ਤੇ ਬਹੁਤ ਤੂਫਾਨ ਆ ਗਿਆ ਵੱਡਾ ਇਹ ਆ ਜਾਂਦੇ ਆ ਅਕਸਰ ਤੁਸੀਂ ਵੇਖਿਆ ਹੋਣਾ ਜੀ ਅਕਸਰ ਇਹ ਤੂਫਾਨ ਆ ਜਾਂਦੇ ਆ ਤੇ ਜਦੋਂ ਇੰਨਾ ਭਾਰੀ ਤੂਫਾਨ ਆ ਗਿਆ ਪਾਣੀ ਦੀਆਂ ਛੱਲਾਂ ਤੇ ਉਦੋਂ ਫਿਰ ਬੇੜੀ ਦੇ ਵਿੱਚ ਪੈਣ ਲੱਗੀਆਂ ਕਾਲੀ ਹਨੇਰੀ ਚਾਰੇ ਪਾਸੇ ਸਾਰੇ ਦੇ ਸਾਰੇ ਡੁੱਬਣ ਲੱਗੇ ਹੁਣ ਜਦੋਂ ਡੁੱਬਣ ਲੱਗੇ ਆ ਤੇ ਸਾਰਿਆਂ ਨੇ ਕੀਤੀ ਅਰਦਾਸ ਜਿਵੇਂ ਆਪਾਂ ਕਰਦੇ ਆ ਡੁੱਬਣ ਲੱਗੇ ਅਰਦਾਸਾਂ ਉਸ ਤਰ੍ਹਾਂ ਵੈਸੇ ਨਹੀਂ ਕਰਦੇ ਕਦੇ ਆਪਾਂ ਮਾਲਕ ਦਾ ਸ਼ੁਕਰਾਨਾ ਨਹੀਂ ਕਰਦੇ वैसे ता ਸਾਡਾ ਸੁਭਾਅ ਬਣਿਆ 10 ਵਸਤੂ ਲੈ ਪਾਛੇ ਪਾਵੇ 10 ਚੀਜ਼ਾਂ ਰੱਬ ਤੋਂ ਲੈ ਲੈਣੀਆਂ ਤੇ ਮੁੱਕਰ ਜਾਣਾ ਇਸ ਤਰ੍ਹਾਂ ਦੀ ਬਿਰਤੀ ਬਣੀ ਆ ਤਾਂ ਰੋ ਵਿਚਾਰ ਜਦੋਂ ਭਾਰੀ ਤੂਫਾਨ ਆ ਗਿਆ ਨਾ ਕਸ਼ਤੀ ਦੇ ਵਿੱਚ ਪਾਣੀ ਭਰਨ ਲੱਗ ਗਿਆ ਲਾਗੇ ਸਾਰੇ ਅਰਦਾਸਾਂ ਕਰਨ ਸੁਖਣਾ ਸੁਖੀਆਂ ਕੋਈ ਕੋਈ ਕਹਿ ਰਿਹਾ ਸੀ ਮੈਂ ਮਸਜਿਦ ਵਿੱਚ 10000 ਰੁਪਇਆ ਦਾਨ ਕਰਾਂਗਾ ਕੋਈ ਕਹਿੰਦਾ ਮੈਂ ਮੰਦਿਰ ਵਿੱਚ ਇਨਾ ਚੜਾਵਾ ਚੜਾਵਾਂਗਾ ਕੋਈ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਫਲਾਣੀ ਸੇਵਾ ਕਰਵਾ ਦਿਆਂਗਾ ਸਾਰੇ ਅਰਦਾਸਾਂ ਵਿੱਚ ਜੁੜੇ ਹੋਏ ਆ ਤੇ ਉਦੋਂ ਜਦੋਂ ਬੇੜੀ ਡੁੱਬਣ ਲੱਗੀ ਆ ਕਿਰਪਾ ਕਰੋ ਤੇ ਉਹ ਮਹਾਂਪੁਰਖ ਜਿਹੜੇ ਸੀ ਚੁੱਪਚਾਪ ਬੈਠੇ ਆ ਇਸ ਤਰ੍ਹਾਂ ਫਿਰ ਕੁਝ ਨਹੀਂ ਕਰ ਰਹੇ ਮਸਤੀ ਵਿੱਚ ਆਪਣੀ ਆਨੰਦ ਵਿੱਚ ਬੈਠੇ ਆ ਉਹਨਾਂ ਲੋਕਾਂ ਨੂੰ ਗੁੱਸਾ ਆਇਆ ਕਹਿਣ ਲੱਗੇ ਤੂੰ ਸਾਧੂ ਆ ਤੈਨੂੰ ਤਾਂ ਸਭ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਆ ਅਸੀਂ ਸਾਰੇ ਅਰਦਾਸਾਂ ਕਰੀ ਜਾਂਦੇ ਆ ਤੂੰ ਚੁੱਪ ਕਰਕੇ ਬੈਠਾ ਕੋਈ ਅਰਦਾਸ ਨਹੀਂ ਕਰਦਾ ਤੂੰ ਹੱਥ ਨਹੀਂ ਜੋੜਦਾ ਅਸੀਂ ਤੈਨੂੰ ਦੇਖੀ ਜਾਂਦੇ ਆ ਜਦੋਂ ਦਾ ਅਸੀਂ ਦੇਖ ਰਿਹਾ ਉਦੋਂ ਦਾ ਤੁਸੀਂ ਚੁੱਪ ਕਰਕੇ ਬੈਠੇ ਹੋਇਓ ਇਸ ਕਰਕੇ ਸਾਧੂ ਦੀ ਅਰਦਾਸ ਤਾਂ ਛੇਤੀ ਪਹੁੰਚਦੀ ਆ ਤੂੰ ਚੁੱਪ ਕਰਕੇ ਬੈਠਾ ਤੇ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤਾਂ ਐਵੇਂ ਡੱਬ ਦੇ ਡੱਬ ਦੇ ਇਸ ਤਰ੍ਹਾਂ ਮਿਹਣੇ ਮਾਰ ਰਹੇ ਆ ਵੀ ਤੂੰ ਕਿਰਪਾ ਕਰੇ ਤਾਂ ਕਿਤੇ ਬੇੜੀ ਕਿਨਾਰੇ ਲੱਗ ਜਾਏ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਸੰਤ ਜਿਹੜੇ ਆ ਚੁੱਪ ਹਨ ਹੁਣ ਜੇ ਸੋਚਿਆ ਜਾਵੇ ਬਈ ਸਾਰੇ ਦਾ ਸਾਰਾ ਬੇੜਾ ਲੱਗਾ ਡੁੱਬਣ ਤੇ ਸੰਤ ਵੀ ਤਾਂ ਵਿੱਚੇ ਹੀ ਨੇ ਮਹਾਪੁਰਖ ਤਾਂ ਵਿੱਚੇ ਹੀ ਹਨ ਵੀ ਜੇ ਡੁੱਬੋਗੀ ਕश्ती ਤਾਂ ਨਾਲ ਹੀ ਡੁੱਬਣਗੇ ਉਹ ਕਿਹੜਾ ਛਾਲ ਮਾਰ ਕੇ ਬਾਹਰ ਚਲੇ ਜਾਣਗੇ ਇਹਨਾਂ ਨੇ ਬੜਾ ਰੌਲਾ ਪਾਇਆ ਥੋੜਾ ਜਿਹਾ ਚਰ ਮਹਾਪੁਰਖ ਰੁਕੇ ਆ ਫਿਰ ਕਹਿਣ ਲੱਗੇ ਉਹ ਦੇਖੋ ਕਿਨਾਰਾ ਆ ਗਿਆ ਕਿਨਾਰਾ ਆ ਗਿਆ ਤਿੰਨ ਵਾਰੀ ਉਹਨਾਂ ਨੇ ਕਿਹਾ ਕਿਨਾਰਾ ਆ ਗਿਆ ਜਿਸ ਵੇਲੇ ਇੰਨੀ ਗੱਲ ਕੀਤੀ ਸਾਰਿਆਂ ਨੇ ਅਰਦਾਸਾਂ ਕਰਤੀਆਂ ਬੰਦ ਸਾਰਿਆਂ ਦੇ ਜਿਨ੍ਹਾਂ ਦੇ ਹੱਥ ਜੁੜੇ ਸੀ ਖਤਮ ਹੋ ਗਏ ਉਸੇ ਵੇਲੇ ਮਹਾਪੁਰਖਾਂ ਨੇ ਹੱਥ ਜੋੜੇ ਆ ਜਦੋਂ ਸਾਰੇ ਹੱਥ ਖੋਲ ਲੈਣਾ ਸਾਰਿਆਂ ਨੇ ਅਰਦਾਸਾਂ ਕਰਤੀਆਂ ਉਦੋਂ ਰੱਬ ਦੇ ਪਿਆਰਿਆਂ ਨੇ ਅਰਦਾਸ ਕੀਤੀ ਕਹਿਣ ਲੱਗੇ ਓਏ ਸਾਦਾ ਲੋਕ ਆਪਣੇ ਵਰਗੇ ਹੋਣਗੇ ਵੀ ਜਦੋਂ ਤਾਂ ਬੇੜੀ ਡੁੱਬਦੀ ਸੀ ਉਦੋਂ ਤਾਂ ਤੂੰ ਅਰਦਾਸ ਨਹੀਂ ਕੀਤੀ ਤੇ ਹੁਣ ਜਦੋਂ ਬੇੜਾ ਕਿਨਾਰੇ ਤੇ ਆ ਗਿਆ ਤੂੰ ਹੱਥ ਜੋੜ ਲੇ ਆ ਉਹ ਸੰਤ ਕਹਿਣ ਲੱਗੇ ਤੁਸੀਂ ਸਮਝੇ ਨਹੀਂ ਮੈਂ ਆਪਣੇ ਉਸਤਾਦ ਤੋਂ ਸੁਣਿਆ ਸੀ ਵੀ ਜਦੋਂ ਸਿਆਣੇ ਲੋਕ ਡੁੱਬਦੇ ਆ ਉਹ ਕਿਨਾਰਿਆਂ ਤੇ ਆ ਕੇ ਡੁੱਬਦੇ ਆ ਉਹ ਕਹਿੰਦੇ ਉਹ ਕਿਵੇਂ ਕਿਨਾਰੇ ਤੇ ਕश्ती ਕਿਵੇਂ ਡੁੱਬ ਜੂਗੀ ਜੇ ਡੁੱਬੂਗੀ ਤਾਂ ਵਿਚਾਰ ਡੁੱਬੂਗੀ ਕਹਿਣ ਲੱਗੇ ਗੱਲ ਇਹ ਨਹੀਂ ਗੱਲ ਅਸਲ ਵਿੱਚ ਇਹ ਆ ਜਦੋਂ ਕश्ती ਵਿਚਾਲੇ ਸੀ ਨਾ ਦਰਿਆ ਦੇ ਮੰਜ ਧਾਰ ਦੇ ਵਿੱਚ ਸੀ ਤੁਹਾਡਾ ਸਾਰਿਆਂ ਦਾ ਧਿਆਨ ਸੀ ਵੀ ਆਪਾਂ ਡੁੱਬ ਨਾ ਜਾਈਏ किनਾਰੇ ਤੇ ਆ ਕੇ ਤੁਹਾਡੀ ਹੌਮੇ ਆ ਗਈ ਤੁਹਾਨੂੰ ਲੱਗਾ ਸੀ ਤਾਂ ਪਹੁੰਚ ਗਿਆ ਕਿਉਂਕਿ ਕਿਨਾਰਾ ਆ ਗਿਆ ਤੇ ਆਪਾਂ ਕਿਹੜਾ ਹੁਣ ਡੁੱਬਣਾ ਖਾਸ ਕਰਕੇ ਇੱਥੇ ਹੀ ਧਿਆਨ ਟੁੱਟਦਾ ਇੱਥੇ ਸਾਰੇ ਡੁੱਬਦੇ ਆ ਇਹ ਸਰੀਰ ਦਾ ਚੌਥਾ ਹਿੱਸਾ ਜਿਹੜੀ ਸਾਡੀ ਅਵਸਥਾ ਹੈ ਮਹਾਪੁਰਖਾਂ ਨੇ ਫਿਰ ਗੱਲ ਖੋਲੀ ਉਹ ਹੈ ਵਿਰਧ ਅਵਸਥਾ ਬਡੇਪੇ ਦਾ ਜਦੋਂ ਕਿਨਾਰਾ ਆਉਂਦਾ ਨਾ ਬਹੁਤੇ ਲੋਕ ਧਿਆਨ ਹੀ ਨਹੀਂ ਕਰ ਸਕਦੇ ਬਹੁਤੇ ਲੋਕਾਂ ਦਾ ਸਿਮਰਨ ਹੀ ਖਤਮ ਹੋ ਜਾਂਦਾ ਕੋਈ ਮੂਲ ਮੰਤਰ ਜਪਦਾ ਹੀ ਨਹੀਂ ਟੁੱਟ ਜਾਂਦੇ ਆ ਹਾਂ ਜਦੋਂ ਕੋਈ ਜਵਾਨੀ ਅਵਸਥਾ ਦੇ ਵਿੱਚ ਕੋਈ ਦੁੱਖ ਸੰਕਟ ਕੋਈ ਪੁੱਤ ਦਾ ਕੋਈ ਧੀ ਦਾ ਕੋਈ ਵਪਾਰ ਦਾ ਉਸ ਵੇਲੇ ਬੜੇ ਨੱਕ ਗੋਡੇ ਰਗੜ ਰਗੜ ਕੇ ਤੇ ਬਹੁਤ ਲੰਮੀਆਂ ਅਰਦਾਸਾਂ ਬੰਦਾ ਕਰਦਾ ਹੈ ਜਿਹੜੇ ਮਹਾਪੁਰਖ ਹੁੰਦੇ ਆ ਨਾ ਉਹ ਹਮੇਸ਼ਾ ਹੀ ਇਸ ਤਰ੍ਹਾਂ ਵੇਖਦੇ ਆ ਵੀ ਜਿੰਨੇ ਸਿਆਣੇ ਹੁੰਦੇ ਆ ਨਾ ਆਪਦੇ ਆਪ ਨੂੰ ਮੰਨਦੇ ਆ ਉਹ ਕਿਨਾਰਿਆਂ ਤੇ ਆ ਕੇ ਡੁੱਬਦੇ ਆ ਪਰ ਵਾਸਤਵਿਕ ਤੌਰ ਤੇ ਉਹ ਅਕਲ ਦੇ ਸਿਆਣੇ ਨਹੀਂ ਹੁੰਦੇ ਉਹ ਗੁਰਮਖ ਪਿਆਰਿਓ ਉਮਰ ਦੇ ਸਿਆਣੇ ਹੁੰਦੇ ਆ ਉਮਰ ਦੇ ਸਿਆਣੇ ਤੇ ਅਕਲ ਦੇ ਸਿਆਣੇ ਇਹਨਾਂ ਵਿੱਚ ਬੜਾ ਅੰਤਰ ਆ ਇਸ ਕਰਕੇ ਇਹ ਆਪਦੀ ਜਿਹੜੀ ਨਜ਼ਰ ਆ ਕਿਨਾਰੇ ਤੇ ਵੀ ਰੱਖਦੇ ਆ ਅਕਲ ਦੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਮਾਲਕ ਨੂੰ ਯਾਦ ਰੱਖਦੇ ਆ ਬੜਾਪੇ ਚ ਭੁੱਲਦੇ ਨਹੀਂ ਫਕੀਰ ਕਹਿਣ ਲੱਗਾ ਉਦੋਂ ਵੀ ਮੇਰੀ ਅਰਦਾਸ ਸੀ ਜਦੋਂ ਕश्ती ਚ ਸੀ ਹੁਣ ਵੀ ਮੇਰੀ ਅਰਦਾਸ ਆ ਕਿਨਾਰੇ ਤੇ ਪਹੁੰਚ ਕੇ ਉਤਰ ਕੇ ਕश्ती ਤੋਂ ਬਾਅਦ ਵੀ ਮੇਰੀ ਅਰਦਾਸ ਆ ਮੈਂ ਤਾਂ ਤੁਹਾਨੂੰ ਜਣਾ ਰਿਆਂ ਤੁਸੀਂ ਮਤਲਬੀ ਲੋਕੋਂ ਸਾਰੇ ਹੁਣ ਜਦੋਂ ਜਾਣਾ ਨਾ ਤੁਸੀਂ ਤੁਸੀਂ ਦੇਖ ਲੈਣਾ ਇਹ ਤੇ ਬੇੜਾ ਆਪਣੇ ਆਪ ਪਾਰ ਲੱਗ ਗਿਆ ਸੀ ਉੱਥੇ 10000 ਚੜਾਉਣ ਦੀ ਕੀ ਲੋੜ ਸੀ ਤੁਸੀਂ ਹੁਣ ਸਾਰੇ ਵਪਾਰੀ ਲੋਕਾਂ ਨੇ ਇਸ ਕਰਕੇ ਉਹ ਮਾਲਕ ਤੁਹਾਨੂੰ ਜਾਣਦਾ ਵੀ ਜਿਹੜੀ ਅਰਦਾਸ ਕੀਤੀ ਆ ਮੁੜ ਕੇ ਤੁਸੀਂ 10000 ਦਾ ਨਾਂ ਨਹੀਂ ਲੈਣਾ ਮਸੀਤ ਵਿੱਚ ਦੇ ਦिए ਤੁਸੀਂ ਸੋਚਣਾ ਹੀ ਨਹੀਂ ਉਹਦੇ ਬਾਰੇ ਤੁਸੀਂ ਕਹਣਾ ਅਸੀਂ ਤਾਂ ਆਪ ਦੇ ਕਰਕੇ ਬਚ ਗਏ ਆ ਰੱਬ ਨੂੰ ਤਾਂ ਤੁਸੀਂ ਹੁਣੇ ਹੀ ਭੁੱਲ ਜਾਣਾ ਕਿਨਾਰਿਆਂ ਤੇ ਆ ਕੇ ਤੁਸੀਂ ਬੇਫਿਕਰ ਹੋ ਜਾਂਦੇ ਹੋ ਪਰ ਤੁਹਾਡੇ ਜਿਹੇ ਲੋਕ ਕਿਨਾਰਿਆਂ ਤੇ ਡੁੱਬ ਜਾਂਦੇ ਆ ਦੁਬਾਰਾ ਫਿਰ ਸੰਸਾਰ ਵਿੱਚ ਜੰਮਦੇ ਆ ਮਰਦੇ ਆ ਕਹਿਣ ਦਾ ਭਾਵੇਂ ਸੀਗਾ ਚਾਹੇ ਬੜੇ ਪਾਜੇ ਬੜੇਪੇ ਵਿੱਚ ਵੀ ਮੂਲ ਮੰਤਰ ਦੀ ਸ਼ਕਤੀ ਹੈ ਉਹ ਜੀ ਆ ਬੰਦੇ ਦੇ ਅੰਦਰ ਵਾਹਿਗੁਰੂ ਦਾ ਪਿਆਰ ਜਗਾਉਂਦੀ ਹੈ ਸਵਾਸ ਸਵਾਸ ਪਲ ਪਲ ਮਾਲਕ ਨੂੰ ਯਾਦ ਰੱਖੋ ਸਾ ਸਵਾ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੈ ਜਿੰਦ ਕਬੀਰ ਸਾਹਿਬ ਜੀ ਕਹਿੰਦੇ ਆ ਭਾਈ ਯਾਦ ਕਰੋ ਮਾਲਕ ਨੂੰ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਅਸਲ ਸੰਤਾਂ ਦਾ ਇਹ ਲੱਛਣ ਕੀ ਆ ਬ੍ਰਹਮ ਗਿਆਨੀ ਦਾ ਜਿਨਾਂ ਸਾਸ ਗਰਾਸਨ ਬਿਸਰੈ ਹਰ ਨਾਮਾ ਮਨ ਮੰਤ ਇਸ ਕਰਕੇ ਮੇਰੇ ਸਾਹਿਬ ਜੀ ਮੇਰੇ ਮਾਲਕ ਜੀ ਤੁਸੀਂ ਬੰਦਨਾ ਨੂੰ ਮੋਚਣ ਵਾਲੇ ਗੁਰੂ ਸਾਹਿਬ ਜੀ ਕਿਰਪਾ ਕਰੋ ਤਾਂ ਇਹ ਮੰਨ ਦੀਆਂ ਅਵਸਥਾਵਾਂ ਨੇ ਬਢੇਪੇ ਦੇ ਵਿੱਚ ਆ ਕੇ ਲੋਕ ਜਿਹੜੇ ਆ ਬਹੁਤੀ ਵਾਰ ਸਰੀਰਾਂ ਦੀਆਂ ਗੱਲਾਂ ਹੀ ਕਰੀ ਜਾਂਦੇ ਆ ਵੀ ਮੇਰੇ ਮੋਢਿਆਂ 'ਚ ਦਰਦ ਆ ਗੋਡਿਆਂ 'ਚ ਦਰਦ ਆ ਫਲਾਣਾ ਬੰਦਾ ਮੇਰੇ ਕੋਲ ਨਹੀਂ ਬਹਿੰਦਾ ਮੇਰੇ ਪੋਤੇ ਮੇਰੇ ਕੋਲ ਨਹੀਂ ਬਹਿੰਦੇ ਮੇਰੇ ਪੁੱਤਰ ਮੇਰੀ ਨਹੀਂ ਸੁਣਦੇ ਇਸ ਕਰਕੇ ਸਗੋਂ ਇਹ ਚੰਗਾ ਹੀ ਵੇਲਾ ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵੇਲਾ ਹੈ ਬੰਦਗੀ ਦਾ ਸਮਾ ਤੁਸੀਂ ਬੀਤ ਕਰ ਲਿਆ ਜੋ ਵੀ ਪਿੱਛੇ ਹੋ ਗਿਆ ਪੋਤੇ ਨਹੀਂ ਬੰਦੇ ਦੋਤੇ ਨਹੀਂ ਬੰਦੇ ਪੁੱਤਰ ਨਹੀਂ ਬੰਦੇ ਧੀ ਨਹੀਂ ਬੰਦੀ ਪਾਸ ਆ ਕੇ ਕੋਈ ਗੱਲ ਨਹੀਂ ਸੁਣਦਾ ਤੇ ਤੁਸੀਂ ਹੁਣ ਇਹਨਾਂ ਗੱਲਾਂ ਨੂੰ ਛੱਡੋ ਅੱਗੋਂ ਨੇੜਾ ਆਇਆ ਪਿੱਛਾ ਰਹਿਿਆ ਦੂਰ ਉਹ ਗੱਲ ਤੁਸੀਂ ਕਰੋ ਭਾਈ ਹੁਣ ਜਨਮ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਮੌਤ ਨੇੜੇ ਆ ਰਹੀ ਹੈ ਤਾਂ ਇਹ ਚੀਜ਼ਾਂ ਕਾਲੇ ਕੇਸ ਮੁਸਾਫਰ ਹੋਏ ਚਿੱਟਿਆਂ ਡੇਰੇ ਲਾਏ ਵੇਖ ਮੁਹੰਮਦ ਬਖਸ਼ਾ ਮੌਤ ਸੁਨੇਹੇ ਆਏ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਤਾਂ ਬੰਦੇ ਨੂੰ ਕੁਝ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਚਿਤ ਬਣਾ ਚਾਹੀਦਾ ਇਹ ਮੰਨਦੀਆਂ ਅਵਸਥਾਵਾਂ ਹੀ ਨੇ ਸਰੀਰ ਦੀਆਂ ਅਵਸਥਾਵਾਂ ਨੇ ਇਹਨਾਂ ਵਿੱਚ ਜੇ ਮਾਲਕ ਭੁੱਲ ਗਿਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਬੜੇਪੇ ਵਿੱਚ ਭਾਈ ਰੱਬ ਨੂੰ ਆਲਾੰਬੇ ਦੇਣੇ ਛੱਡੋ ਮੋਢੇ ਗੋਡਿਆਂ ਦੇ ਦਰਦ ਦੇ ਮਾਲਾ ਫੇਰੋ ਮਾਲਾ ਦੇ ਮਣ ਕੇ ਫੇਰੋ ਅਰਦਾਸ ਕਰੋ ਮਨ ਵੀ ਫਿਰ ਜਾਵੇ ਨਹੀਂ ਤਾਂ ਫਿਰ ਫਿਰ ਜੰਮਣਾ ਪਵੇਗਾ ਮੁੜ ਮੁੜ ਕੇ ਮਰਨਾ ਪਵੇਗਾ ਇਹ ਵੱਡੇ ਦੁੱਖ ਆ ਲੋਕ ਵੀ ਸੁਖੀ ਹੋਵੇ ਪਰ ਲੋਕ ਵੀ ਸੁਖੀ ਹੋਵੇ ਇਹੀ ਬੇਨਤੀ ਸੰਤਾਂ ਨੇ ਕੀਤੀ ਆ ਨਾ ਅੰਮ੍ਰਿਤ ਵੇਲੇ ਨਿਤਨੇਮ ਕਰੋ ਰੋਜ਼ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਮੂਲ ਮੰਤਰ ਦੀ ਸ਼ਕਤੀ ਇਹ ਆ ਜੇਹੋ ਜਾਂ ਮੂਲ ਮੰਤਰ ਵਿੱਚ ਦੱਸਿਆ ਗਿਆ ਅਜੂਨੀ ਬੰਦਾ ਇਹਨੂੰ ਜਪ ਕੇ ਜੂਨਾ ਤੋਂ ਰਹਿਤਾ ਬੰਦਾ ਇਹਨੂੰ ਜਪ ਕੇ ਨਿਰਭਉ ਡਰ ਤੋਂ ਰਹਿਤਾ ਨਿਰਵੈਰ ਵੈਰ ਤੋਂ ਰਹਿਤਾ ਜੂਨਾ ਚ ਨਹੀਂ ਹੁੰਦਾ ਜਿਹੜਾ ਮੂਲ ਮੰਤਰ ਜਪਦਾ ਇਸ ਕਰਕੇ ਨਸ਼ਿਆਂ ਤੋਂ ਵਿਕਾਰਾਂ ਤੋਂ ਰਹਿਤ ਹੋ ਕੇ ਪਵਿੱਤਰ ਮਨ ਦੇ ਨਾਲ ਉਹ ਮਾਲਕ ਦੀ ਬੰਦਗੀ ਕਰਦੇ ਹੋਏ ਉਹਦੇ ਵਿੱਚ ਲੀਨ ਹੋ ਜਾਓ ਬੜੀ ਕਿਰਪਾ ਹੋ ਜਾਵੇਗੀ ਗੁਰਮਖੋ ਆ ਬਾਬਾ ਆਨੰਦ ਸਿੰਘ ਜੀ ਅਕਸਰ ਕੀਆ ਕਰਦੇ ਸੀ ਕਿਨਾਰਿਆਂ ਤੇ ਆ ਕੇ ਲੋਕ ਡੁੱਬ ਜਾਂਦੇ ਆ ਬਢੇਪੇ ਵਿੱਚ ਆ ਕੇ ਲੋਕ ਡੁੱਬ ਜਾਂਦੇ ਆ ਕਹਿੰਦੇ ਹੁਣ ਮੋਢਿਆਂ ਦੇ ਦਰਦ ਆ ਗੋਡਿਆਂ ਦੇ ਦਰਦ ਆ ਰੱਬ ਨੂੰ ਉਲਾਮੇ ਦਿੰਦੇ ਆ ਸ਼ੁਕਰ ਕਰੋ ਤੁਹਾਡੇ ਤੇ ਬਢੇਪੇ ਦਾ ਤੁਸੀਂ ਰੰਗ ਤਾਂ ਦੇਖਿਆ ਕਈ ਗਰਭ ਚ ਹੀ ਗਲ ਗਿਆ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਹੰਕਾਰ ਵਿੱਚ ਗਲ ਗਿਆ ਫਿਰ ਬੰਦਾ ਕੁਝ ਸੋਚਦਾ ਹੈ ਗੁਰੂ ਪਿਆਰਿਓ ਵਾਰ-ਵਾਰ ਸੋਚਦਾ ਕਿ ਉਹ ਕਰਨਾ ਕੰਮ ਹੈ ਇਹ ਕਰਨਾ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਲੱਖਾਂ ਵਰੀ ਆਪਾਂ ਸੋਚਦੇ ਆ ਆ ਬਣਾਵਾਂਗੇ ਆ ਕਰਾਂਗੇ ਆ ਫਲਾਣੀ ਉਮਰ ਵਿੱਚ ਆ ਫਲਾਣੇ ਵਾਸਤੇ ਇਹ ਪੈਸਾ ਜੋੜ ਜਾਵਾਂਗੇ ਕਈ ਲੋਕ ਤਾਂ ਇੰਨਾ ਪੈਸਾ ਜੋੜਨਾ ਚਾਹੁੰਦੇ ਆ ਕਿ ਸੱਤ ਪੀੜੀਆਂ ਬੈ ਕੇ ਖਾ ਲੈਣ ਤੇ ਅੱਠਵੀਂ ਪੀੜੀ ਦੀ ਜਿਹੜੀ ਚਿੰਤਾ ਹੈ ਉਹ ਕਰਦੇ ਨਹੀਂ ਇਨਾ ਪੈਸਾ ਜੋੜ ਜਾਂਦੇ ਆ ਇੰਨੀ ਚਿੰਤਾ ਕਰਦੇ ਆ ਵੀ ਇਨਾ ਪੈਸਾ ਜੋੜ ਕੇ ਜਾਣਾ ਅਗਲੇ ਬੱਚਿਆਂ ਨੂੰ ਕੰਮ ਹੀ ਨਾ ਕਰਨਾ ਪਵੇ ਇਸ ਕਰਕੇ ਕੰਡੇ ਬੀਜਣ ਵਾਲੀ ਗੱਲ ਆ ਇੱਕ ਲਾਲਚਾ ਮਹਾਰਾਜ ਕਹਿੰਦੇ ਹੁੰਦਾ ਇਦੋਂ ਉਲਟ ਬੰਦਾ ਤਾਂ ਬਹੁਤ ਕੁਝ ਸੋਚਦਾ ਵੀ ਆਹ ਕਰਾਂਗੇ ਫਲਾਣੀ ਉਮਰ ਵਿੱਚ ਫਲਾਣੇ ਵਾਸਤੇ ਉਹਦੇ ਵਾਸਤੇ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਹੁਣ ਬੰਦਾ ਸੋਚਦਾ ਕੌਜਾ ਹੁੰਦਾ ਕੌਜਾ ਕਿਉਂ ਕਿਉਂਕਿ ਇਹ ਵਾਂਗ ਡੋਰ ਰੱਬ ਦੇ ਹੱਥ ਆ ਨਾ ਚਿਤਵਤ ਰਹੋ ਠਗੋਰ ਨਾਨਕ ਫਾਸੀ ਗਲ ਪਰੀ ਮਹਾਰਾਜ ਕਹਿੰਦੇ ਆ ਜੀਵ ਦੇ ਗਲੇ ਵਿੱਚ ਜਮਾਂ ਦੀ ਫਾਸੀ ਪੈ ਜਾਂਦੀ ਆ ਠੱਗੀਆਂ ਮਾਰਦਾ ਸੀ ਉਹ ਦਰਗਾਹ ਵਿੱਚ ਲੇਖਾ ਵੀ ਦੇਣਾ ਪੈਂਦਾ ਤਾਂ ਇਹ ਦੁਨੀਆ ਜਿਹੜੀ ਆ ਇਹਦੇ ਵਿੱਚ ਬਾਲ ਜਵਾਨੀ ਵਿਰਧ ਅਵਸਥਾ ਸਾਰੇ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਕਿੰਨੇ ਲੋਕ ਹਨ ਜਿਹੜੇ ਬਜ਼ੁਰਗ ਅੱਜ ਵੀ ਉਹਨਾਂ ਦੇ ਵਿਕਾਰ ਉਵੇਂ ਹੀ ਆ ਗੁਰੂ ਘਰੇ ਗਏ ਫਰਕ ਬਿਲਕੁਲ ਵੀ ਨਹੀਂ ਪਿਆ ਉਹਨਾਂ ਨੂੰ ਕਿਉਂ ਕਿਉਂਕਿ ਉਹਨਾਂ ਨੇ ਮਨ ਕਰਕੇ ਸੰਗਤ ਨਹੀਂ ਕੀਤੀ ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨ ਗੁਰੂ ਪਿਆਰਿਓ ਇਸ ਕਰਕੇ ਦੁਨੀਆ ਦੇ ਵਿੱਚ ਆਪਾਂ ਨਿੱਕੀ ਨਿੱਕੀ ਗੱਲ ਦੀ ਚਿੰਤਾ ਕਰਦੇ ਆ ਫਿਕਰ ਕਰਦੇ ਆ ਸਰੀਰ ਨੂੰ ਬਿਮਾਰੀ ਲੱਗ ਜੇ ਬੰਦੇ ਨੂੰ ਬਹੁਤ ਫਿਕਰ ਹੋ ਜਾਂਦੀ ਆ ਪਰ ਜੋ ਉਪਜੋ ਸੋ ਬਿੰਸ ਹੈ ਮਹਾਰਾਜ ਜੀ ਕਹਿੰਦੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਏ ਜੋ ਪੈਦਾ ਹੋਇਆ ਉਹਨੇ ਸਮਾ ਪਾ ਕੇ ਨਾਸ਼ ਹੋ ਜਾਣਾ ਮਰੀ ਜਾਣਾ ਇਹਦੇ ਵਿੱਚ ਤਾਂ ਇਹ ਨਹੀਂ ਨਾ ਵੀ ਉਹ ਮਰੇਗਾ ਨਹੀਂ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਮਹਾਰਾਜ ਕਹਿੰਦੇ ਆ ਭਾਈ ਤੂੰ ਆ ਸਾਰੇ ਜੰਜਾਲ ਛੱਡ ਕੇ ਨਾ ਜੇ ਤੂੰ ਮੂਲ ਮੰਤਰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਆ ਜੀ ਮਹਾਰਾਜ ਨੇ ਪਰ ਅਸੀਂ ਉਹ ਲੋਕ ਆ ਜਿਹੜੇ ਸੁਣਦੇ ਤਾਂ ਹੈਗੇ ਆ ਪਰ ਮੰਨਦੇ ਨਹੀਂ ਤੇ ਜਿਹਨੇ ਮੰਨ ਲਿਆ ਸੁਣ ਲ ਕੇ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਤਾਂ ਇਹ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਵੀ ਗੁਰੂ ਸਾਹਿਬ ਜੀ ਨੇ ਕਿੱਡਾ ਖਜ਼ਾਨਾ ਸਾਨੂੰ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਜਦੋਂ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਦਾ ਖਜ਼ਾਨਾ ਵੇਖਿਆ ਤਾਂ ਖੋਲ ਕੇ ਦੇਖਿਆ ਤਾਂ ਮੇਰੇ ਮਨ ਭਇਆ ਨਿਧਾਨਾ ਮੇਰੇ ਮਨ ਵਿੱਚ ਆਨੰਦ ਆ ਗਿਆ ਦੇਖੋ ਜੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਆ ਤੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਛੱਡੋ ਗੱਲਾਂ ਵੀ ਮੇਰੇ ਪੋਤੇ ਮੇਰੇ ਕੋਲ ਨਹੀਂ ਬੰਦੇ ਇਸ ਤਰ੍ਹਾਂ ਮੇਰੇ ਬੱਚੇ ਮੇਰੀ ਗੱਲ ਨਹੀਂ ਸੁਣਦੇ ਹੁਣ ਸਮਾਂ ਆ ਗਿਆ ਤੇ ਆਪ ਦਾ ਰਸਤਾ ਸਾਫ ਕਰੋ ਭਾਈ ਆਪਦੇ ਰੱਬ ਨੂੰ ਚੇਤੇ ਕਰੋ ਮੂਲ ਮੰਤਰ ਦੀਆਂ ਮਾਲਾ ਰੋਜ਼ ਕਰੋਗੇ ਨਾ ਇੱਕ ਮਹੀਨਾ ਕਰ ਲੋਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਸੇਵਾ ਦਾ ਫਲ ਮਿਲ ਜਾਵੇਗਾ ਜਿਵੇਂ ਤੁਸੀਂ ਸੰਪੂਰਨ ਪਾਠ ਕਰ ਲਿਆ ਹੋਵੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਵੇਗੀ ਜੇ ਤੁਸੀਂ ਰੋਜ਼ ਮੂਲ ਮੰਤਰ ਦੀਆਂ ਮਾਲਾ ਕਰੋਗੇ ਖਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਤੁਹਾਨੂੰ ਮਿਲ ਜਾਵੇਗਾ ਤਾਂ ਇਹ ਜਿਹੜੀਆਂ ਬਾਕੀ ਚਤਰਾਈ ਸਿਆਣ ਪੱਕੇ ਤੇ ਕਾਮਨਾਈਏ ਇਹ ਬੜੇਪੇ ਦੇ ਵਿੱਚ ਵੀ ਕਈ ਲੋਕ ਚੁਗਲੀ ਨਿੰਦਿਆ ਕਰੀ ਜਾਂਦੇ ਆ ਸਮਾਂ ਖਰਾਬ ਕਰੀ ਜਾਂਦੇ ਆ ਸਮਾਂ ਤਾਂ ਪਹਿਲਾਂ ਹੀ ਥੋੜਾ ਬੜੇਪੇ ਚ ਤਾ ਕੇ ਪਤਾ ਲੱਗ ਗਿਆ ਵੀ ਹੁਣ ਤਾਂ ਅੱਗੇ ਮੌਤ ਹੀ ਆ ਬਚਪਨ ਲੰਘ ਗਿਆ ਚਲੋ ਆਪਾਂ ਕਹਿੰਨੇ ਆ ਜਵਾਨੀ ਆਜੂਗੀ ਜਵਾਨੀ ਲੰਘੀ ਆਪਾਂ ਕਹਿੰਨੇ ਆ ਚਲੋ ਕੋਈ ਗੱਲ ਨਹੀਂ ਬੜੇਪਾ ਆਜੂਗਾ ਬੜੇਪੇ ਤੋਂ ਅੱਗੋ ਹੈ ਕੀ ਆ ਮੌਤ ਹੀ ਆ ਜਾਂ ਰੋਗ ਤੇ ਰੋਗ ਜਿਹੜੇ ਆ ਇਹ ਬਹਾਨੇ ਆ ਇਹ ਮੌਤ ਦਾ ਤਾਂ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਹੰਕਾਰ ਨੂੰ ਜਿਹੜਾ ਹੁਣ ਨੀਵਾ ਕਰੋ ਪੋਰਾ ਤੇ ਹਉਮੈ ਜਿਹੜੀ ਆ ਇਹ ਕੋਈ ਚੰਗੀ ਗੱਲ ਨਹੀਂ ਗੁਰੂ ਸਾਹਿਬ ਦੀ ਸੇਵਾ ਕਰਕੇ ਮੂਲ ਮੰਤਰ ਦੀ ਸ਼ਕਤੀ ਦੇ ਨਾਲ ਦਰਸਤਾ ਦਰਗਾਹ ਵਾਲਾ ਸਾਫ਼ ਹੋ ਜਾਏਗਾ ਕਿਉਂਕਿ ਦਰਗਾਹ ਦਾ ਰਸਤਾ ਸਾਫ਼ ਕਰਨਾ ਬੜਾ ਜ਼ਰੂਰੀ ਆ ਨਹੀਂ ਤਾਂ ਫਿਰ ਸਜ਼ਾ ਤਾਂ ਮਿਲੇਗੀ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ ਸਮਝਾਇਆ ਕਿ ਦੇਖੋ ਜੀ ਉਹ ਮਹਾਪੁਰਖਾਂ ਨੇ ਕਿਨਾਰੇ ਤੇ ਆ ਕੇ ਵੀ ਅਰਦਾਸ ਕੀਤੀ ਰੱਬ ਦਾ ਸ਼ੁਕਰਾਨਾ ਕੀਤਾ ਬਾਕੀ ਯਾਤਰੀ ਜਿਹੜੇ ਸੀਗੇ ਸਵਾਰ ਕਸ਼ਤੀ ਵਿੱਚ ਸਾਰੇ ਭੁੱਲ ਗਏ ਕਹਿੰਦੇ ਕਿਹੜੇ 10000 ਰੁਪਏ ਕਿਹੜੀ ਸੁੱਖ ਅਸੀਂ ਤਾਂ ਆਪਣੇ ਕਰਕੇ ਬਚ ਗਏ ਆ ਏਵੇਂ ਵੀ ਉਹਨਾਂ ਗੱਲਾਂ ਕੀਤੀਆਂ ਲੋਕ ਬਹੁਤ ਆ ਜਿਹੜੇ ਸੁੱਖ ਨਾਲ ਸੁੱਖਦੇ ਆ ਪਰ ਭੁੱਲ ਜਾਂਦੇ ਆ ਸੁਖਣਾ ਸੁੱਕ ਕੇ ਭੁੱਲ ਜਾਣਾ ਬੜੀ ਮਾੜੀ ਗੱਲ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸ ਪੜੋ ਜਦੋਂ ਮੱਖਣ ਸ਼ਾ ਲੁਭਾਣੇ ਦਾ ਮਹਾਰਾਜ ਨੇ ਬੇੜਾ ਬੰਨੇ ਲਾਇਆ ਨਾ ਡੁੱਬਦੇ ਜਹਾਜ਼ ਨੂੰ ਤਾਰਿਆ ਤੇ 5-5 ਮੋਹਰਾਂ ਰੱਖ ਰਿਆ ਸੀ 500 ਮੋਹਰਾਂ ਸੁੱਕ ਗਏ ਮਹਾਰਾਜ ਨੇ ਆਖ ਦਿੱਤਾ ਸੀ ਨਾ ਵਾਦਾ ਤਾਂ 500 ਦਾ ਕੀਤਾ ਤੇ 5 ਮੋਹਰਾਂ ਟੇਕ ਰਹੇ ਕਹਿਣ ਦਾ ਭਾਵੇਂ ਆ ਵੀ ਸਾਨੂੰ ਇਹ ਜ਼ਿੰਦਗੀ ਵਿੱਚ ਸਿੱਖਣਾ ਚਾਹੀਦਾ ਵੀ ਜੇ ਅਸੀਂ ਗੁਰੂ ਕੋਲੋਂ ਕੋਈ ਇਹ ਸੁਖਣਾ ਸੁਖੀ ਆ ਨਾ ਤੇ ਸਾਨੂੰ ਪੂਰੀ ਵੀ ਜ਼ਰੂਰ ਕਰਨੀ ਚਾਹੀਦੀ ਆ ਗੁਰੂ ਸਾਹਿਬ ਕਿਰਪਾ ਕਰਨ ਤਾਂ ਮਹਾਪੁਰਖ ਸੰਗਤਾਂ ਤੋਂ ਵਾਅਦਾ ਕਰਵਾਉਂਦੇ ਹੁੰਦੇ ਸੀ ਭਾਈ ਪ੍ਰਸ਼ਾਦਾ ਛੱਕੇ ਚੱਲਿਓ ਗੁਰੂ ਘਰ ਦਾ ਇੱਕ ਪਾਠ ਜਪਜੀ ਸਾਹਿਬ ਦਾ ਕਰਿਓ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਮੂਲ ਮੰਤਰ ਦੀਆਂ ਇੰਨੀਆਂ ਮਾਲਾ ਕਰਨੀਆਂ ਨੇ ਜੇ ਗੁਰੂ ਘਰ ਵਿੱਚੋਂ ਪ੍ਰਸ਼ਾਦਾ ਛੱਕਿਆ ਜੇ ਸੇਵਾ ਨਹੀਂ ਕੀਤੀ ਤਾਂ ਪਾਠ ਤਾਂ ਜ਼ਰੂਰ ਕਰਕੇ ਜਾਓ ਨਾ ਤਾਂ ਮਹਾਪੁਰਖਾਂ ਨੇ ਇਸ ਤਰ੍ਹਾਂ ਸੰਗਤ ਨੂੰ ਬਾਣੀ ਬਾਣੇ ਦੇ ਨਾਲ ਜੋੜਿਆ ਅੰਮ੍ਰਿਤ ਦੇ ਨਾਲ ਜੋੜਿਆ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵੀ ਆਪਣਾ ਜੀਵਨ ਸੁੰਦਰ ਬਣਾਈਏ ਗੁਰੂ ਮਹਾਰਾਜ ਰਹਿਮਤ ਕਰਨ ਇਹੀ ਅਰਦਾਸ ਬੇਨਤੀ ਆ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਆਓ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਜੀਆਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ